ਬਾਈ ਦਲੇਰ ਸਿੰਘ ਉਹਨਾਂ ਕੋਲ ਆਏ ਜੀ, ਬਹੁਤ ਵਧੀਆ ਪਸ਼ੂ ਹੁੰਦੇ ਜੀ ਇਹਨਾਂ ਦੇ, ਠੀਕ ਹੈ, ਰੇਟ ਵੀ ਬਿਲਕੁਲ ਜਾਇਜ਼ ਹੁੰਦਾ। ਅੱਜ ਕੁਛ ਜਰਸੀ ਨਾਲ ਗਾਵਾਂ ਲੈ ਕੇ ਆਏ ਜੀ, ਹੁਣ ਬਾਈ ਇਹਨਾਂ ਗੱਲਬਾਤ ਕਰਦੇ ਕੀ ਪ੍ਰਾਈਸ ਅਤੇ ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰਾਂ ਤੁਹਾਨੂੰ ਕਿ ਜਿਹੜੇ ਵੀਰ ਪਹਿਲੇ ਵੀਡੀਓ ਵੇਖਦੇ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਜੀ, ਅਤੇ ਘੰਟੇ ਜਾਂ ਬੜੇ ਜੂਦੋ ਬੰਦ ਆਏਗੀ ਤੁਹਾਨੂੰ ਨਵੀਂ ਵੀਡੀਓ ਆ ਸਕੇ। ਵੀਰ ਜੀ ਇੱਕ ਹੋਰ ਰਿਕੁਐਸਟ ਆ, ਇੱਥੇ ਆਓ ਜੀ, ਦੋ ਟਾਈਮ ਦੀ ਚਵਾਈ ਕਰੋ, ਪਾਸ ਕਰੋ, ਪੂਰੀ ਤਸੱਲੀ ਨਾਲ ਪਸ਼ੂ ਖਰੀਦੋ। ਹੁਣ ਬਾਈ ਜੀ ਨੇ ਗੱਲਬਾਤ ਕਰਦੇ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਬਾਈ ਜੀ ਠੀਕ ਠਾਕ? ਬਹੁਤ ਵਧੀਆ ਕਿਰਪਾ ਜੀ ਸੰਦੀਪ ਸਰ, ਬੜੀ ਮੁਸ਼ਕਿਲ ਨਾਲ ਦਰਸ਼ਨ ਹੋਏ ਤੁਹਾਡੇ। ਬੜਾ ਇਸ ਤਰ੍ਹਾਂ ਹੀ ਕੰਮਾਂ ਕਰਾਂ ਜੀ, ਖੇਤੀਬਾੜੀ ਦੇ ਕਾਰੋਬਾਰ ਹੀ। ਹਾਂਜੀ ਹਾਂਜੀ, ਇਹ ਵਿੱਚ ਇਸ ਤਰ੍ਹਾਂ ਫਸਲਵਾੜੀ ਵੱਢਦੇ ਰਹੇ, ਕਾਰੋਬਾਰ ਇੱਕ ਜੈਸੀਬੀ ਮਸ਼ੀਨ ਹੀ। ਹਾਂਜੀ ਹਾਂਜੀ, ਉਹਦੇ ਕਾਰੋਬਾਰ 'ਚ ਖੁੱਬੇ ਖਬੇ ਰਹੇ। ਠੀਕ ਹੈ ਜੀ। ਤੇ ਹੁਣ ਅੱਜ ਲਿਆਂਦੀਆਂ ਵਿੱਚ ਉਈਆਂ ਘਰੇ ਆ ਗਏ ਨੇ। ਅੱਛਾ ਜੀ, ਠੀਕ ਹੈ ਜੀ। ਨਾਲ ਇਹਨਾਂ ਦੀ ਫੈਂਟ ਫੂੰਡ ਕਢਾਈ ਹੈ, ਮਹਾਂ ਜਿਹਨੂੰ ਭੈਣ ਭਰਾ ਦੱਸਾਂਗੇ ਕਿੰਨੀ ਫੈਂਟ ਕਿੰਨਾ ਦੁੱਧ ਆ। ਹਾਂ ਸਹੀ ਗੱਲ ਹੈ ਜੀ, ਇਹ ਕਰਕੇ ਵਿੱਚੋਂ ਟਾਈਮ ਹੀ ਨਹੀਂ ਲੱਗਾ ਸਾਰਾ ਮਰੇ। ਅੱਜ ਮਹਾਂ ਭੱਜ ਗਏ, ਮਹਾਂ ਨਹੀਂ ਅੱਜ ਤੇ ਜ਼ਰੂਰ ਪਾਈ ਹੁਣ ਵੀਰ ਕੋ, ਡੇਢ ਮਹੀਨਾ ਆ ਗਿਆ। ਹਾਂਜੀ ਹਾਂ, ਤੇ ਅੱਜ ਹੁਣ ਜਰਸੀ ਲਿਆਂਦੀ, ਕੋਈ ਵੱਛੀ ਵੀ ਪੁੱਛ ਲੈਂਦਾ ਹੈ। ਠੀਕ ਹੈ ਜੀ, ਤੇ ਇੱਕ ਆ ਡੇਢ ਕੁ ਮਹੀਨੇ ਦੀ ਦੋਹਾਂ ਦੀ ਸੂਈ ਵੱਛੀ ਹੀ ਇਹਦੇ ਮਗਰ। ਅੱਛਾ ਜੀ, ਵੱਛੀ ਮਰ ਗਈ ਆ। ਅੱਛਾ ਜੀ, ਤੇ ਉਸ ਤਰ੍ਹਾਂ ਲੈਂਦੀ ਇੱਕ ਮੱਝ ਆ। ਠੀਕ ਹੈ ਜੀ, ਤੇ ਮੱਝ ਵਿਖਾਵਾਂ, ਮੱਝ ਚੋ ਕੇ ਵਿਖਾਉਣੇ ਆ। ਠੀਕ ਹੈ ਜੀ, ਤੇ ਜੋ ਵੀ ਮੇਰੇ ਵੀਰ ਕੋ ਨੂੰ ਵੇਖ ਰਿਹਾ ਵੀਰ ਭਰਾ ਭੈਣ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਤੇ ਹੁਣ ਆ ਵੱਛੀ ਆ ਸਾਲਕ ਦੀ। ਅੱਛਾ ਜੀ, ਤੇ ਇਹ ਇਹਦੀ ਜਿਹੜੀ ਮਾਂ ਦਾ ਮਿਲਕ ਸੀ 18 ਕਿਲੋ ਸੀ। 18 ਕਿਲੋ, ਹਾਂ, ਤੇ ਇੱਕ ਸਾਲ ਤੇ ਕੋਈ ਮਹੀਨੇ ਦੀ ਉਹ ਦਿਨਾਂ ਦੇ ਉੱਤੇ ਹੋ ਗਈ, 15 ਦਿਨਾਂ ਦੀ ਹੋਵਾਂਦੇ ਸੀ। ਹਾਂਜੀ ਹਾਂਜੀ, ਤੇ ਇਹਦੀ 6000 ਰੁਪਈਆ ਕੀਮਤ ਆ। 6000 ਰੁਪਏ ਕੀਮਤ, ਤੇ ਮੈਨੂੰ ਇਹ ਪਿਓਰ ਜਰਸੀ ਆ, ਮੈਨੂੰ ਤੇ ਇਹੋ ਜਿਹੀਆਂ ਵਾਰਾਂ ਵੀ ਬਥੇਰੀਆਂ ਮਿਲ ਜਾਣਗੀਆਂ। ਹਾਂ ਸਹੀ ਗੱਲ ਹੈ, ਕਿਸੇ ਨੇ ਆਣਾ ਵੀਰ ਇਹੋ ਜਿਹੀਆਂ 6 ਮੰਗੀ ਜਾਂਦਾ ਤੇ ਉਂਝ ਵੀ ਮਿਲ ਜਾਣਗੀਆਂ। ਹਾਂਜੀ, ਪਰ ਜਿਹੜੀਆਂ ਉਂਝ ਮਿਲਦੀਆਂ ਉਂਝ ਵਾਲੀਆਂ ਉਹ ਉੱਥੇ ਹੀ ਬਿਲਕੁਲ ਬਿਲਕੁਲ ਜੀ, ਸਹੀ ਸਹੀ ਗੱਲ। ਆਪਾਂ ਪੈਸੇ ਖਰਚੇ ਆ ਬਰੀਡ ਲਿਆਂਦੀ ਆ ਜਰਸੀ ਕਰਕੇ। ਹਾਂਜੀ ਹਾਂਜੀ, ਹਾਂ ਠੀਕ ਹੈ ਜੀ, ਤੇ ਪਿਓਰ ਜਰਸੀ ਜਾ। ਦੇਖੋ ਜੀ, ਪਿਓਰ ਜਰਸੀ ਹੈ ਜੀ, ਹਾਂ, ਬਿਲਕੁਲ ਲਾਲ ਰੰਗ ਤੇ ਛੋਟਾ ਕੰਨ ਆ ਗਿਆ। ਹਾਂ, ਤੇ ਨਿੱਕੀ ਬੂਤੀ 6000 ਵਿੱਚ ਮਾਨਤਨ ਕਰੋਗੇ ਜੀ? ਪੂਰਾ ਥੋੜਾ ਪਤਾ ਕਰਾਂਗੇ ਸੁਨੀਲ ਸਾਹਿਬ, ਕੋਈ ਜ਼ਿਆਦਾ ਨਹੀਂ। ਜ਼ਿਆਦਾ ਨਹੀਂ, ਕੋਈ 100-200 ਰੁਪਈਆ ਮਾਨਤਨ ਕਰਨਾ ਜੇ ਕੋਈ ਆਖੇ, ਜ਼ਿਆਦਾ ਜ਼ਿਆਦਾ ਨਹੀਂ। ਤੇ ਦੂਜਾ ਨੰਬਰ ਜਿਹੜਾ ਮੇਰਾ ਵੀਰ ਭਰਾ ਆਉਂਦਾ ਹੈ, ਆਪਦੀ ਤਸੱਲੀ ਕਰਕੇ ਖੜੋ। ਬਿਲਕੁਲ ਜੀ, ਠੀਕ ਹੈ ਜੀ। ਹਾਂਜੀ ਹਾਂਜੀ, ਇਹ ਪਹਿਲੇ ਸੂਏ ਹੈ, ਦੂਜੇ ਸਾਰਿਆਂ ਨੂੰ ਪਤਾ ਲੱਗਦਾ। ਹਾਂਜੀ ਹਾਂਜੀ, ਇਹ ਇੰਨੇ ਚਿਰ ਦੀ ਸੂਈ ਵੀਡੀਓ 'ਚ, ਹਾਂਜੀ, ਨਾ ਤੇ ਵਾਪਸ ਹੋਣੀ ਆ, ਹਾਂਜੀ, ਤੇ ਨਾ ਮਗਰੋਂ ਲੰਮਾ ਹੀ ਲੈਣਾ। ਬਿਲਕੁਲ ਸਹੀ ਗੱਲ, ਆਹ ਤਸੱਲੀ ਕਰਕੇ ਲੈ ਕੇ ਜਾਓ। ਮਗਰੋਂ ਕਿਸੇ ਨੂੰ ਆਣਾ ਠੱਗੀ ਫਲਾਣੀ, ਤਸੱਲੀ ਕਰਕੇ ਆਪਦੀ ਆਇਆ ਖੜੋ, ਲਗਾ ਕੇ ਕੋਈ ਲੋੜ ਹੀ ਨਹੀਂ ਕਿਸੇ ਤੇ। ਸਹੀ ਗੱਲ, ਠੀਕ ਆ ਨਹੀਂ? ਬਿਲਕੁਲ ਜੀ, ਤੇ ਬਾਕੀ ਦੂਜਾ ਨੰਬਰ ਨਾ ਤੇ ਆਪਾਂ ਕੋਈ ਡੰਗਰ ਜਿਵੇਂ ਆਪਾਂ ਪਹਿਲਾਂ ਵੀ ਆਖਦੇ ਵੀਡੀਓ ਤੋਕੜ ਨਹੀਂ ਪਾਉਣਾ। ਹਾਂਜੀ, ਸਿੱਧੀ ਸੇਲ ਕਰਨੀ ਆ, ਸਿੱਧੀ ਸੇਲ ਕਰਨੀ, ਚਾਹੇ ਅਕਾਊਂਟ 'ਚ ਪੈਸੇ ਪਾ ਦਿਓ, ਹਾਂਜੀ, ਤੇ ਚਾਹੇ ਆ ਕੇ ਕਹਿ ਦੇ ਦਿਓ। ਠੀਕ ਹੈ ਜੀ, ਡੰਗਰ ਨਹੀਂ ਭੇਜਣਾ ਸਿੱਧਾ, ਹਾਂਜੀ, ਤੇ ਗੱਡੀ ਦੇ ਨਾਲ ਪੈਸੇ ਲੈ ਨਹੀਂ ਜਾਣਾ। ਠੀਕ ਹੈ ਜੀ, ਜਿਹੜਾ ਮੇਰਾ ਵੀਰ ਭਰਾ ਆਉਂਦਾ ਹੈ, ਹਾਂਜੀ, ਮੇਰੀ ਇਹੋ ਬੇਨਤੀ ਆ ਕਿ ਚਾਹੇ ਮੈਂ ਆਪਣੇ ਘਰੇ ਪੈਸੇ ਲਊਂਗਾ, ਹਾਂਜੀ, ਚਾਹੇ ਮੇਰੇ ਅਕਾਊਂਟ 'ਚ ਪਾ ਦਿਓ। ਬਸ ਠੀਕ, ਜੇ ਆਖੋ ਡੰਗਰ ਲੱਦ ਕੇ ਜਲੰਧਰ ਘਲ ਦੇ, ਹਾਂਜੀ, ਉੱਥੋਂ ਆ ਕੇ ਨਾਲ ਪੈਸੇ ਲੈ ਲਈ, ਹਾਂਜੀ, ਉਹ ਨਹੀਂ ਕੰਮ ਕਰਦਾ, ਉਹ ਨਹੀਂ ਕੰਮ ਹੋਣਾ ਜੀ। ਬਿਲਕੁਲ, ਆਪਦੀ ਸੋਚ ਕੇ ਉਸ ਹਿਸਾਬ ਨਾਲ ਫੋਨ ਲਾਓ ਕਿ ਠੀਕ ਆ ਕਿ ਪੈਸੇ ਜਾਂ ਅਸੀਂ ਅਕਾਊਂਟ 'ਚ ਪਾਉਣੇ ਆ, ਜੇ ਅਕਾਊਂਟ 'ਚ ਸਾਈ ਪਾਓਗੇ, ਹਾਂਜੀ, ਤੇ ਦੂਜੇ ਦਿਨ ਆ ਕੇ ਪੈਸੇ ਦੇਣੇ ਤੇ ਉਹ ਗਾਂ ਦੀ ਖੜੀ ਰਹੂਗੀ, ਜੇ ਉਸ ਤਰ੍ਹਾਂ ਗੱਲ ਨਹੀਂ ਬਾਤੀ ਨਹੀਂ ਜੋ ਆਪਾਂ ਖਿਲਾ ਦੇ। ਬਸ ਠੀਕ ਹੈ ਜੀ, ਠੀਕ ਹੈ ਜੀ, ਇਹਦੇ ਬਾਰੇ ਦੱਸੋ ਬਾਈ ਜੀ। ਆ ਆ ਗਈ ਆ ਪਹਿਲੇ ਸੂਏ ਜਰਸੀ, ਪਹਿਲਾ ਸੂਗਾ, ਹਾਂ, ਠੀਕ ਹੈ ਜੀ, ਤੇ ਸੂਈ ਨੂੰ 1.5-2 ਮਹੀਨੇ ਲਾ ਲਓ, 1.5-2 ਮਹੀਨੇ ਹੋ ਗਏ, ਠੀਕ ਹੈ ਜੀ, ਤੇ ਰਿਕਾਰਡਿੰਗ ਸਾਰਾ ਕੁਝ ਮੇਰੇ ਕੋਲ ਵਹਿ ਪਿਆ ਦਾ, ਠੀਕ ਹੈ ਜੀ, ਇਹਦੀ ਵੱਛੀ, ਹਾਂਜੀ, ਇਹ ਵੱਛੀ ਗਈ ਮਾਰ। ਅੱਛਾ ਜੀ, ਇਹਦੀ ਹੁਣ 4.5 ਫੈਟ ਆ, 4.5 ਫੈਟ ਆ, ਠੀਕ ਹੈ ਜੀ, ਇਹ ਜਰਸੀ ਦਾ ਤੁਹਾਨੂੰ ਪਤਾ ਦੁੱਧ ਹੀ ਬੜਾ ਸੰਘਣਾ ਦੇ ਹੁੰਦਾ ਜੀ, ਹੁੰਦਾ, ਇਹਦੇ ਥੱਲੇ 5 ਕਿਲੋ ਦੋ ਡੰਗਾ ਦੁੱਧ ਹੈ, 2.5 ਗੋਲੇ, 2.5 ਗੋਲੇ, ਬਸ ਠੀਕ ਹੈ ਜੀ, ਮਤਲਬ ਠੀਕ ਹੈ ਜੀ, 5 ਤੋਂ ਵੱਧ ਨਹੀਂ, 5 ਕਿਲੋ ਦੁੱਧ ਹੈਗਾ, 5 ਕਿਲੋ ਦੁੱਧ, ਬਸ ਠੀਕ ਹੈ ਜੀ, ਵੀ ਠੰਡੀ ਠੁੰਡੀ ਸੀਰ ਵਾਲੀ, ਬਸ ਦੇਖੋ ਵੀ ਜੀ, ਵੀਰ ਹੁਣ ਪਹਿਲਾਂ ਕਹਿੰਦਾ 5 ਕਿਲੋ ਦੁੱਧ ਆ ਜੀ, ਇਸ ਤੋਂ ਬਾਅਦ ਹੈ ਨਹੀਂ ਗਾ, ਤੇ ਬਾਕੀ ਇਹ ਤਾਂ ਕੋਈ ਥਾਲੇ ਵਿੱਚ ਚੈੱਕ ਕਰੋ, ਤੋਰ ਰੋ ਵੀਰ ਜੀ ਨੂੰ ਠੰਡੀ ਚੋਣ ਜਾਣ ਚ, ਆ ਦੇਖੋ ਜੀ, ਆ ਦੇਖੋ, ਆ ਦੇਖੋ, ਤੇ ਬਾਜੀ ਫਿਰ ਇਹਦੀ ਕੀਮਤ ਜੀ? ਇਹਦੀ 14000 ਰੁਪਈਆ ਜੀ, 14000 ਰੁਪਏ ਕੀਮਤ, ਬਸ ਠੀਕ, ਇਹ ਕਿਉਂਕਿ ਜਿੰਨੇ ਦੇ ਦੁੱਧ ਮੱਝਦਾ ਲੈਣਾ ਹੈ 4 ਕਿਲੋ। ਇੱਕ ਮਿੰਟ ਬਾਜੀ ਦਾ ਫੋਨ ਆ ਗਿਆ, ਕੋ ਬਾਜੀ ਦਾ ਫੋਨ ਆ ਗਿਆ ਸੀ ਤਾਂ ਕਰਕੇ, ਚਲੋ ਠੀਕ ਹੈ, ਇਹਦੇ ਬਾਰੇ ਦੱਸੋ ਜੀ। ਇਹ ਦੂਜੇ ਸੂਏ ਆ ਗਈ ਆ। ਅੱਛਾ ਜੀ, ਇਹ ਜਰਸੀ ਪਿਓਰ ਆ,
ਠੀਕ ਹੈ ਜੀ। ਇਹਦੀ ਦਿਨੇ ਮੈਂ ਫੈਂਡ ਕਢਾਈ ਆ ਹਾਂਜੀ 10 ਕਿਲੋ ਦੁੱਧ ਆ 10 ਕਿਲੋ ਦੁੱਧ ਆ ਤੇ ਇਹਦੀ 6-2 ਫੈਂਡ ਆਈ ਆ 6-2 ਹੈ ਹਾਂ ਠੀਕ ਹੈ ਜੀ ਤੇ 26.5 ਗ੍ਰੈਵਿਟੀ ਆਈ ਆ 26.5 ਗ੍ਰੈਵਿਟੀ ਤੇ ਮੱਝ ਦਾ ਵੀ ਇੰਨਾ ਸੰਗਣਾ ਨਹੀਂ ਹੁੰਦਾ 6-2 ਮੱਝ ਕਿਸੇ ਦੀ ਵੀ ਆਉਂਦੀ ਆ ਹਾਂਜੀ ਹਾਂਜੀ ਹਾਂ ਨਹੀਂ ਤੇ 6-2 ਅੰਦਰ ਆਉਂਦੀ ਆ ਠੀਕ ਤੇ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਨੂੰ ਹੈ ਸੂਈ ਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਸੂਈ ਨੂੰ 15 ਦਿਨ ਹੋ ਗਏ ਜੋ ਮੱਛੀ ਨਾਲ ਹੈ ਬੱਚਾ ਜੀ ਬੱਚਾ ਮਗਰ ਹੋ ਤੇ ਖੋਲੋ ਜੀ ਇਹਨੂੰ ਵੀ ਤੇ ਰੋ ਵੀ ਜੀ ਦੇਖੋ ਬੜੇ ਚੰਗੇ ਰਿਕਾਰਡ ਵਾਲੀ ਗਾਂ ਵਈ ਇਹ ਵੀ ਜਰਸੀ ਵਿੱਚ ਆ ਗਈ ਜੀ ਜਰਸੀ ਹੈ ਜੀ ਆ ਦੇਖੋ ਆ ਦੇਖੋ ਜੀ ਆ ਦੇਖੋ ਜੀ ਚੰਗੀ ਪੋਲੀ ਜੋੜ ਜਾ ਬਹੁਤੀ ਪੋਲੀ ਰੋਵਰ ਦੀ ਠੀਕ ਹੈ ਜੀ ਆ ਰਹੀ ਨਹੀਂ ਅਰਗਾ 6-2 ਕਿਸੇ ਬਾਹੇ ਦੀ ਆਉਂਦੀ ਆ ਨਹੀਂ ਕਹਿੰਦੀ ਨਹੀਂ ਕੋਈ ਕਢਾ ਕੇ ਬੇਸ਼ੱਕ ਆਦੀ ਮਸ਼ੀਨ ਲੈ ਆਵੇ ਹਾਂਜੀ ਕਿਸ ਤਰ੍ਹਾਂ ਵੀ ਆਦੀ ਕਢਾ ਕੇ ਲੈ ਜੇ ਜੇ ਸ਼ੱਕ ਹੈ ਰਹੀ ਬਾ ਠੀਕ ਹੈ ਜੀ ਠੀਕ ਹੈ ਜੀ 6 ਫੈਂਡ ਕਢਾ ਕੇ ਆਦੀ ਤਸੱਲੀ ਨਾਲ ਲੈ ਜੇ ਠੀਕ ਹੈ ਐ ਚਵਾਈ ਜੂ ਬਈ ਬਿਲਕੁਲ ਵਧੀਆ ਜੀ ਇਹ ਚਵਾਈ ਆਂਦੇ ਤਾਂ ਬੱਚਾ ਲਾ ਕੇ ਵਿਖਾ ਸਕਦੇ ਆ ਇਹ ਲੈ ਫਿਰ ਲਾ ਲਓ ਜੀ ਫਿਰ ਧਾਰਾ ਮਾਰ ਦਿੰਦੇ ਨਹੀਂ ਬਿਲਕੁਲ ਬਿਲਕੁਲ ਲਾਓ ਜੀ ਫਿਰ ਇਹ ਚੋਣ ਇੱਕ ਨੰਬਰ ਬਣ ਜਾ ਆ ਦੇਖੋ ਜੀ ਚਵਾਈ ਕਰਨ ਲੱਗੇ ਬਾਈ ਨੇ ਵੀ ਪਤਾ ਧਾਰਾ ਧੁਰਾ ਮਾਰ ਕੇ ਵਹਾਣਗੇ ਤੁਹਾਨੂੰ ਚਲੋ ਇੰਦਰਾ ਵੀ ਜੀ ਦਿੱਕਤ ਨਹੀਂ ਆਉਂਦੀ ਕਿਸੇ ਨੂੰ ਠੀਕ ਹੈ ਜੀ ਪੱਕਾ ਕੰਮ ਹੋ ਜਾਂਦਾ ਤੇ ਫਿਰ ਵੀ ਮੈਂ ਕਹੂੰਗਾ ਆਪ ਆਓ ਖੁਦ ਆਓ ਬਾਲਟੀ ਫੜਿਓ ਉਹ ਬਿੱਲੇ ਬਾਲਟੀ ਫੜੀ ਆ ਦੇਖੋ ਆ ਦੇਖੋ ਜੀ ਮੈਂ ਤਰਨ ਤਰਨ ਬਸ ਠੀਕ ਆ ਠੀਕ ਹੈ ਬਸ ਚੱਲ ਕੋਈ ਨਹੀਂ ਜਾ ਜਾ ਆ ਦੇਖੋ ਜੀ ਲਿਆਓ ਜੀ ਆ ਗਈ ਨਹੀਂ ਆ ਗਈ ਬਸ ਬਾਲਟੀ ਫੜ ਲੈਂਦੇ ਨਾ ਆ ਗਈ ਬਸ ਆ ਗਈ ਨਾ ਆ ਗਈ ਬਸ ਮਾਂ ਮਾਂ ਚੱਲ ਠੋਕ ਲੈਂਦੇ ਬੜੀ ਹਾਂ ਕਰ ਲਓ ਕਰ ਲਓ ਕਰ ਲਓ ਹੈਂਡ ਲੋਂ ਬੜੀ ਕੁੜੀ ਆ ਵੇ ਇੰਨਾ ਮਾਈ ਦਾ ਦੁੱਧ ਨਹੀਂ ਸੰਗਣਾ ਦਾ ਜਿੰਨਾ ਇਹਦਾ ਦੁੱਧ ਸੰਗਣਾ ਹਾਂ ਬਿਲਕੁਲ ਫੇ 10 12 ਕਿਲੋ ਦੁੱਧ ਦਿੱਤੀ ਜਨ ਆਰਾਮ ਨਾਲ ਜਰਸੀ ਦਾ ਇਹੋ ਵਾਦਾ ਦੇ ਓਏ ਬਾਲਟੀ ਫੜਾਈ ਭੱਜ ਕੇ ਆਵੇ ਪਈ ਆ ਫੜਾਈ ਆ ਬਾਲਟੀ ਫੜਾਇਓ ਮੈਨੂੰ ਥੱਲੇ ਕੰਨੂ ਧਾਰਾ ਮਾਰ ਦੇਣਾ ਬਹੁਤੀ ਪੋਲੀ ਹੈ ਰੂਮ ਅੱਗੇ ਦੇਖੋ ਮਾੜਾ ਜਿਹਾ ਬਸ ਠੀਕ ਤੋਰ ਲੋ ਜੀ ਨੂੰ ਵੀ ਆ ਦੇਖੋ ਕ੍ਰੋਸ ਟੈਪ ਆ ਜੀ 9 ਕਿਲੋ ਦੁੱਧ ਆ ਦੂਜਾ ਸੂਆ ਤੇ ਆ ਦੇਖੋ ਬੱਚਾ ਮਰ ਗਈ ਆ ਗਿਆ ਜੀ ਬੱਚਾ ਆ ਗਿਆ ਜੀ ਮਗਰ ਆ ਦੇਖੋ
पूरा नंद आता भी नंद पूरा इंदा भी आता पूरा नहीं बंगा पाया करो जी बंगा पाउना है ए ओना ने पाया नहीं और दिने आईयां ते इनू इनू पाई दा आ गई ने बा आ गई ने बच्चे दा कुड़िया वाला कहते मिलना बच्चे ते ही आ हां ए दा गल है ये जी वेखो देखो जी भी ठीक है ये भी वह प्रणाली है कोई होंगी बस ठीक हाँ बस ठीक है जी ते कीमत भाई जी फिर इंदी कीमत इंदी 28000 देनी है 28000 देनी है बस ठीक है ए दो दिन थले 9 किलो आ बस ठीक है हां जेड़ा होने हां जी हां जी बाकी कोई 4 दिन पा के रह गई मेरे को फिर तो मैं कर दूं जिन्ना हो गया बस ठीक है ते बाकी गेर ही सांभे बस ठीक है इधर आओ माझले पासे आओ जी हां कोई गल नहीं जी सूआ किन में जी ए माझ दा दूजा सूआ होगा दूजा सूआ ते एदे थले ਕੋਈ ਜਿਤਰਾ ਮਰਜ਼ੀ ਕੰਡਾ ਲੈ ਆਵੇ ਦੁੱਧ 9 ਕਿਲੋ ਹੋਊਗਾ ਆਪਾਂ ਵੀ 8 ਮਿੰਟ ਕੇ ਲੈ ਜੀ 8 ਮਿੰਟ ਕੇ ਲੈ ਜੀ ਬਸ ਠੀਕ ਆ ਦੁੱਧ 9 ਹੋਊਗਾ ਆ ਦੇਖੋ ਜੀ ਦੂਜਾ ਸੂਆ ਜੀ ਆ ਦੂਜਾ ਸੂਆ ਦੂਜਾ ਸੂਆ ਤੇ ਚਵਾਈ ਜੀ ਵਧੀਆ ਜੀ ਚਵਾਈ ਇਹਦੇ ਵਿੱਚ ਹੋ ਕੇ ਹੁੰਦੇ ਦੇਖੋ ਜੀ ਆ ਦਲੇਰ ਸਿੰਘ ਸਾਰੇ ਨੂੰ ਕੱਲੀ ਕੱਲੀ ਕਰਕੇ ਚਵਾਣਗੇ ਕਹਿੰਦੇ ਜੀ ਟਾਈਮ ਜ਼ਿਆਦਾ ਆ ਗਿਆ ਨਾ ਹਾਂ ਨਹੀਂ ਫਿਰ ਤੇ ਮਾ ਟਾਈਮ ਲਾ ਲਗੇ ਹੁਣ ਟਾਈਮ ਜ਼ਿਆਦਾ ਆ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਜਲਦੀ ਕਿਉਂ ਮਾਰਿਆ ਕਰ ਇਹ ਤਾਂ ਫਿਰ ਮਾਜਰੀ ਜਿਹੜਾ ਖੜੂਗਾ ਯਾਰ ਕਰੂਗਾ ਏਡੀ ਠੰਡੀ ਆ ਅੱਛਾ ਜੀ ਮਿੱਠੀ ਮਾਇ ਫਿਰ ਮੁੱਲ ਵੇਖੀ ਕਿੰਨਾ ਕੁ ਕਰਦਾ ਮੈਂ ਅੱਛਾ ਜੀ ਮੁੱਲ ਜ਼ਿਆਦਾ ਨਹੀਂ ਆਪਾਂ ਬੋਲਿਆ ਬੱਚਾ ਮਰ ਗਿਆ ਆ ਕੇ ਜਿੰਨੇ ਮਗਰ ਕੱਟਾ ਆ ਕੇ ਮੈਂ ਕੱਟਾ ਲਿਆਉਣਾ ਲਿਆਓ ਇਹ ਵੀ ਤਾਰਾ ਮਾਰ ਦਿੰਦੇ ਲਿਆਓ ਲਿਆਓ ਰੋਕ ਲਈ 2 ਮਿੰਟ ਹੈ ਜੀ ਬੂਰਾ ਬੂਰਾ ਕੱਟਾ ਹੈ ਜੀ ਠੀਕ ਆ ਤੇ ਕਿੰਨੇ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਜੀ ਇਹਨੂੰ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਜੀ ਕੋਈ 1.5 ਦੀ ਮੰਨ ਲੈ 2 ਦੀ ਮੰਨ ਲੈ ਮਹੀਨੇ ਦੀ ਮੰਨ ਲੈ ਆਪਣੇ ਦੱਸਿਆ ਕਿਸੇ ਦੇ ਰਹਿਣਾ ਹਾਂਜੀ ਹਾਂ ਬਿਲਕੁਲ ਜੀ ਚਲੋ ਵੀਡੀਓ ਲੰਮੀ ਬਣ ਜਾਣੀ ਚਲੋ ਕੋਈ ਨਹੀਂ ਚਲੋ ਇਹਦੇ ਨਾਲ ਹੀ ਵੀਜੀ ਫਾਇਦਾ ਹੁੰਦਾ ਗਾਂ ਕਿਸੇ ਦਿੱਕਤ ਨਹੀਂ ਹੁੰਦੀ ਕਿੰਨੇ ਖੜਨੇ ਆ ਹੁਣ ਸਾਹਮਣੇ ਕਿਸੇ 100 ਕਿਲੋਮੀਟਰ ਕੇ 200 ਕਿਲੋਮੀਟਰ ਆਣਾ ਹੁੰਦਾ ਠੀਕ ਹੈ ਫਿਰ ਇੱਥੇ ਚੀਜ਼ ਹੋਰ ਨਿਕਲਦੀ ਕਿਨੇ ਜੀ ਬਸ ਬਸ ਇਸ ਤਰ੍ਹਾਂ ਕੋਈ ਦਿੱਕਤ ਨਾ ਆਊਗੀ ਕਿਸੇ ਨੂੰ मारदा
टाइम तो पता ही है आज फिर आज रह दो फिर हां मार लो पशु है जी ते वेखो हुण कल्ली कल्ली तुहानूं गां पशु कोई माझे विखा के चैक करके विखा दईए जी ठीक है जी ते फिर वीर जी आओ इत्थे आ दो टाइम दी जरूर चवाई करके लैके जाओ पास करके लैके जाओ कि नहीं भाई जी हाँ जी हाँ आ जाओ यार पूरी तसल्ली करके लैके जाओ वीर जी बाद दिक्कत होंदी है जी आ जाओ इधर आ जाओ जी आ जाओ जी है नी कोई गल नहीं कोई ध्यान कि नहीं सही है भाई जी यार ਮੈਂ ਕਿਹਾ ਪੂਰੀ ਤਸੱਲੀ ਕਰਕੇ ਲੈ ਜਾਓ ਮੈਂ ਨਾ ਜਿਹੜਾ ਵੀ ਆਉਂਦਾ ਹੈ ਆਓ ਤਸੱਲੀ ਕਰਕੇ ਖੜੋ ਆਪਾਂ ਵੀ ਤਸੱਲੀ ਕਰਕੇ ਲਿਆਉਣੇ ਆਂ ਜੀ ਬੰਦੀ ਤੇ ਆਓ ਆਪਦੀ ਤਸੱਲੀ ਕਰਕੇ ਖੜੋ ਪੈਸੇ ਦੇ ਦੇ ਮੈਂ ਆਨਾ ਬਿਲਕੁਲ ਜੀ ਬਿਲਕੁਲ ਤੇ ਵਾਰ ਵਾਰ ਤੇ ਲੱਗਣੀ ਨਹੀਂ ਇੱਕ ਵਾਰ ਲਾਉਣੇ ਆ ਸਹੀ ਸਹੀ ਗੱਲ ਤਸੱਲੀ ਕਰਕੇ ਖੜੋ ਮੈਂ ਥੱਲੇ 8 ਕਿਲੋ ਦੁੱਧ ਆ ਠੀਕ ਹੈ ਜੀ ਟੈਮੋ ਟੈਮ ਚੋਰੋ ਜੇ ਸਟਾਕ ਵੀ ਦੁੱਧ ਘਟ ਜੂਗਾ ਆਟ ਤੋਂ ਹਾਂਜੀ ਤੇ ਮੈਂ ਇੱਕ ਗੱਡੀ ਦਾ ਕਿਰਾਇਆ ਭਾੜਾ ਦੇ ਦੂੰ ਜੋ ਵੀ ਜਿੱਤੇ ਵੀ ਆਉਣਗੇ ਹਾਂਜੀ ਹਾਂਜੀ ਬਾ ਠੀਕ ਹੈ ਤੇ ਹੁਣ ਥੋੜਾ ਤੈਨੂੰ ਪਤਾ ਟਾਈਮ ਥੋੜਾ ਆ ਅੱਜ ਹਾਂਜੀ ਹਾਂ ਇੱਕ ਬੱਚਾ ਗਾਂ ਵਾਲਾ ਬੱਚਾ ਵਛਿਆ ਜਾ ਕਰਕੇ ਤੇ ਉਹ ਡਰੀ ਜੇ ਚਲੋ ਕੋਈ ਨਹੀਂ ਫਿਰ ਵੀ ਜਿੰਨੇ ਵੀ ਲੈਣੀ ਵੀ ਜੀ ਆ ਰਹੀ ਫਿਰ ਵੀ ਇੱਥੇ ਚੁਆਈ ਕਰਨ ਆ ਗਏ ਤੇ ਚੋਣ ਚਾਣ ਕੋਈ ਗੱਲ ਨਹੀਂ ਚੋਣ ਦਿੱਤਾ ਚਲੋ ਐਡਰੈਸ ਬੋਲੋ ਜੀ ਆਪਣਾ ਫਿਰ ਤੇ ਨਾਮ ਮੇਰਾ ਸੰਧੂ ਭਾਈ ਹਾਂਜੀ ਤੇ ਪਿੰਡ ਬੈੜਵਾਲ ਠੀਕ ਹੈ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਜੀ ਫੋਨ ਨੰਬਰ ਹੈਗਾ 9950 ਹਾਂਜੀ 95018 ਠੀਕ ਹੈ ਇਹੀ ਨੰਬਰ WhatsApp ਚੱਲਦਾ ਜੀ ਆ WhatsApp ਵਾਲਾ ਚਲੋ ਜਿਸ ਤਰ੍ਹਾਂ ਵੀ ਗੱਲਬਾਤ ਤੁਸੀਂ ਕਰ ਲੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ